मुलक दे दीगर शहरां दी तरह गुजरांवाला विच भी बिजली दा बहरान शिद्दत इख्तियार कर गया है। शहरी इलाकियां विच 14 तों 16 घंटे जदके देहाती इलाकियां विच बिजली दी लोड शेडिंग दा दुरानिया 18 तों 20 घंटे तक पहुंच गया है। जिला गुजरांवाला विच 1600 मेगावाट बिजली दी डिमांड है, लेकिन पेपको दी तरफों सिर्फ 600 मेगावाट बिजली फराहम की जा रही है। इस वक्त बिजली का शार्टफॉल 1000 मेगावाट तो भी तजावज कर गया है। बिजली की इस तवील ते गैर एलानिया लोड शेडिंग की वजह नाल कारोबारी जिंदगी बुरी तरह मुतासर हो रही है। गुजरांवाला विच छोटे ते वड्डे 20,000 तो ज्यादा सनअती यूनिट कायम ने, जेडे लोड शेडिंग की वजह नाल शदीद बुहरान का शिकार ने। गुजरांवाला विच कायम फैक्ट्रियां 90% मुल्की जरूरियात पूरी कर दिया ने, लेकिन लोड शेडिंग दी वजह नाल बेशतर कारखाने बंद हो चुके ने, जिदी वजह नाल हजारां मजदूर फाकाकशी दा शिकार हो रहे ने। लेकिन इन्ना क टैक्स जा रहा, उसके बावजूद गवर्नमेंट जिहड़े ने बिल नहीं दे रही, लिहाजा गवर्नमेंट अगे मीडिया की मार्फत साडी रिक्वेस्ट है कि ये जनाब उन्होंने बिल तारन और साडी लैट जिहड़ी है पूरी करन। ਅਸੀਂ ਰੋ ਰੋ ਕੇ ਬੁਰਾ ਹਾਲ ਕਰ ਲਿਆ ਸਾਰੀ ਰਾਤ, ਸਾਨੂੰ ਨੀਂਦਰ ਨਹੀਂ ਆਉਂਦੀ, ਬੱਚੇ ਸਾਡੇ ਤੰਗ ਆ ਗਏ ਨੇ, ਅਜ਼ਾਬ ਜ਼ਿੰਦਗੀ ਬਣ ਚੁੱਕੀ ਹੈ, ਦਿਲ ਕਰਦਾ ਖੁਦਕੁਸ਼ੀ ਕਰ ਲਈ, ਅਸੀਂ ਦੁਨੀਆਂ ਤੋਂ ਚਲੇ ਜਾਈਏ ਜ਼ਿਆਦਾ ਬਿਹਤਰ ਹੈ। ਜੀਨਾ ਮਹਾਲ ਹੋਇਆ, ਰਾਤ ਨੂੰ ਬੱਚੇ ਨਹੀਂ ਸੌਂਦੇ, ਸੁਬਾਹ ਗਰਮੀ ਨਾਲ ਨਮਾਜ਼ ਦਾ ਵਕਤ ਨਮਾਜ਼ ਪੜ੍ਹੀ ਦੇ ਨਾਲ ਹੀ ਲਾਈਟ ਬੰਦ ਹੋ ਜਾਂਦੀ ਹੈ, ਵਜ਼ੂ ਨਹੀਂ ਸਹੀ ਤਰ੍ਹਾਂ ਕਰ ਸਕਦਾ, ਕੋਈ ਬੰਦਾ ਨਮਾਜ਼ ਦਾ ਟਾਈਮ ਗੁਜ਼ਰ ਜਾਂਦਾ ਹੈ। ਤਾਜਰ ਤਨਜ਼ੀਮਾਂ ਵੱਲੋਂ ਸ਼ਟਰ ਡਾਊਨ ਹੜਤਾਲਾਂ ਤੇ ਇਤਜਾਜੀ ਮੁਜ਼ਾਹਰੇ ਵੀ ਬਦਤਰੀਨ ਲੋਡ ਸ਼ੈਡਿੰਗ ਵਿੱਚ ਕੋਈ ਕਮੀ ਪੈਦਾ ਨਹੀਂ ਕਰ ਸਕੇ। ਲੋਕ ਰੋਜ਼ਾਨਾ ਪਾਣ ਤੋੜ ਕਰ ਰਹੇ ਨੇ, ਅੱਗਾਂ ਲਾ ਰਹੇ ਨੇ, ਜਲੂਸ ਕੱਢ ਰਹੇ ਨੇ, ਇਹਨਾਂ ਦੇ ਸਿਰ ਤੋਂ ਜੋਣੇ ਲੰਘ ਰਹੇ। ਅਸੀਂ ਕੋਈ ਪਾਕਿਸਤਾਨ ਦੇ ਸਿਟੀਜ਼ਨ ਨੇ ਜੀ, ਅਸੀਂ ਤਾਂ ਇੱਥੇ ਗੁਲਾਮ ਹਾਂ ਜੀ, ਗੁਲਾਮਾਂ ਨੇ ਕੀ ਬੋਲਣਾ ਜੀ ਸਾਡੇ ਕੋਲ, ਜੋ ਮਰਜ਼ੀ ਸਾਡੇ ਕੋਲ ਖੁਸ਼ ਰਹਿਣ ਭਾਅ ਜੀ, ਸਾਨੂੰ ਹੋਰ ਹਨੇਰੇ 'ਚ ਬਿਠਾ ਦੇਣ ਜੀ। ਇਸ ਮੁਲਕ ਦੇ ਸਰਬਰਾਹਾਂ ਨੂੰ ਚਾਹੀਦਾ ਆਪਣੇ ਘਰਾਂ ਦੇ ਵਿੱਚ ਵੀ ਲੋਡ ਸ਼ੈਡਿੰਗ ਕਰਨ, ਉਹਨਾਂ ਨੂੰ ਪਤਾ ਚੱਲੇ ਕਿ ਉਹਨਾਂ ਦੇ ਬੱਚੇ ਕਿਸ ਤਰ੍ਹਾਂ ਜ਼ਿੰਦਗੀ ਗੁਜ਼ਾਰਦੇ ਨੇ। ਗੁਜਰਾਂਵਾਲਾ ਦੇ ਸ਼ਹਿਰੀਆਂ ਨੇ ਪੈਪਕੋ ਤੇ ਗੈਪਕੋ ਦੇ ਅਲ ਅਫਸਰਾਂ ਨੂੰ ਨਾਅਹਿਲ ਕਰਾਰ ਦੇ ਕੇ ਫੌਰੀ ਨੌਕਰੀ ਤੋਂ ਫਾਰਗ ਕਰਨ ਦਾ ਮੁਤਾਲਬਾ ਕੀਤਾ ਹੈ। ਸ਼ਹਿਰੀਆਂ ਦਾ ਕਹਿਣਾ ਸੀ ਕਿ ਵਾਪਡਾ ਦੇ ਅਲ ਅਫਸਰਾਂ ਲੋਡ ਸ਼ੈਡਿੰਗ ਵਿੱਚ ਕਮੀ ਦੀ ਬਜਾਏ ਮੁਸਲਸਲ ਇਜ਼ਾਫਾ ਕਰ ਰਹੇ ਨੇ। ਇਸਲਾਮਾਬਾਦ ਪਿੰਡੀ ਨਹੀਂ ਇਨਸਾਨ ਰਹਿੰਦੇ, ਉਹ ਸਾਡੇ ਵਰਗੇ ਨਹੀਂ ਹੈ, ਉੱਥੇ ਲੈਟ ਕਿਉਂ ਨਹੀਂ ਜਾਂਦੀ? ਇਹ ਸਾਰਾ ਅਜ਼ਾਬ ਸਾਰਾ ਗਰੀਬਾਂ ਵਾਸਤੇ ਰਹਿ ਗਿਆ, ਉੱਥੇ ਵੀ ਲੋਡ ਸ਼ੈਡਿੰਗ ਕਰਨ? ਬੈਨ ਅਲਕਵਾਮੀ ਤੌਰ 'ਤੇ ਹੀ ਪਤਾ ਲੱਗਿਆ ਪਾਕਿਸਤਾਨ ਦਾ ਕੀ ਹਾਲਾਤ ਨੇ, ਉਹ ਸਾਡੇ ਵਰਗੇ ਇਨਸਾਨ ਨਹੀਂ, ਜਾਂ ਸਾਡੇ ਕਿਸ ਚੀਜ਼ ਦੀ ਕਮੀ ਹੈ? ਉੱਥੇ ਵੀ ਲੋਡ ਸ਼ੈਡਿੰਗ ਹੋਵੇ, ਉਹਨਾਂ ਨੂੰ ਵੀ ਪਤਾ ਲੱਗੇ, ਉਹ ਵੀ ਪਸੀਨੇ 'ਚ ਮਰਨ, ਉਹ ਵੀ ਅਸੈਂਬਲੀ ਹਾਲ ਹੈ ਜਾਂ ਜੀ ਪਸੀਨੇ ਨੇ ਚੋੜਨ, ਪਤਾ ਲੱਗੇ ਕਿ ਆ ਵੀ ਬਾਈ ਆਵਾਮ ਵਾਸਤੇ ਕੁਛ ਕਰ ਰਹੇ ਨੇ। ਕੁਰਬਾਨੀ ਦਾ ਬੱਕਰਾ 60 ਸਾਲ ਤੋਂ ਆਵਾਮ ਹੀ ਬਣ ਰਹੀ ਹੈ, ਹਰ ਚੀਜ਼ ਆਵਾਮ ਵਾਸਤੇ ਹੀ ਹੈ, ਹਰ ਅਜ਼ਾਬ ਆਵਾਮ ਵਾਸਤੇ ਹੀ, ਹਰ ਅਯਾਸ਼ੀ ਸਾਡੀ ਗੌਰਮੈਂਟ ਵਾਸਤੇ। ਉੱਥੇ ਲੈਟ ਕਿਉਂ ਨਹੀਂ ਜਾਂਦੀ? ਉੱਥੇ ਕਿਉਂ ਨਹੀਂ ਲੈਟ ਜਾਂਦੀ? ਸਾਰਾ ਜ਼ੁਲਮ ਗਰੀਬਾਂ ਵਾਸਤੇ। ਲੋਡ ਸ਼ੈਡਿੰਗ ਦੀ ਵਜ੍ਹਾ ਨਾਲ ਗੁਜਰਾਂਵਾਲਾ ਦੀ ਐਕਸਪੋਰਟ ਬੁਰੀ ਤਰ੍ਹਾਂ ਮੁਤਾਸਰ ਹੋ ਰਹੀ ਹੈ। ਬੇਸ਼ਤਰ ਐਕਸਪੋਰਟਰਜ਼ ਆਰਡਰ ਕੈਂਸਲ ਹੋਣ ਦੀ ਵਜ੍ਹਾ ਨਾਲ ਸ਼ਦੀਦ ਪਰੇਸ਼ਾਨ ਨੇ। ਲੋਡ ਸ਼ੈਡਿੰਗ ਦੀ ਵਜ੍ਹਾ ਨਾਲ ਹਸਪਤਾਲਾਂ ਵਿੱਚ ਮੌਜੂਦ ਮਰੀਜ਼ ਸ਼ਦੀਦ ਗਰਮੀ ਤੇ ਹਬਸ ਦੀ ਵਜ੍ਹਾ ਨਾਲ ਬਿਲਬਿਲਾ ਉੱਠੇ ਨੇ। ਲੋਡ ਸ਼ੈਡਿੰਗ ਦੀ ਵਜ੍ਹਾ ਨਾਲ ਸਰਕਾਰੀ ਹਸਪਤਾਲਾਂ ਵਿੱਚ ਮੁਹਲਕ ਅਮਰਾਜ਼ ਵਿੱਚ ਮੁਬਤਲਾ ਮਰੀਜ਼ਾਂ ਨੂੰ ਆਪਰੇਸ਼ਨ ਲਈ 3-3 ਮਹੀਨੇ ਦਾ ਟਾਈਮ ਦਿੱਤਾ ਜਾ ਰਿਹਾ ਹੈ। ਇਹਨਾਂ ਵਿੱਚੋਂ ਬੇਸ਼ਤਰ ਮਰੀਜ਼ ਐਸੇ ਨੇ ਜਿਹੜੇ ਬਰਵਕਤ ਆਪਰੇਸ਼ਨ ਨਾ ਹੋਣ ਨਾਲ ਜ਼ਿੰਦਗੀ ਦੀ ਬਾਜ਼ੀ ਹਾਰ ਸਕਦੇ ਨੇ। ਬੱਚਿਆਂ ਨੂੰ ਮੈਂ ਦੁਕਾਨ ਤੇ ਲਾਏ ਆ, ਬੀਬੀਆਂ ਪਰੇਸ਼ਾਨ ਹੋਈਆਂ ਨੇ, ਬੱਚੇ ਪਰੇਸ਼ਾਨ, ਹੁਣ ਦੁਕਾਨ ਤੇ ਆਏ ਜਨਾਬ, ਦੁਕਾਨ ਤੇ ਵੀ ਬੁਰਾ ਹਾਲ ਹੈ, ਕੀ ਕਰੀਏ ਜਨਾਬ? ਜਿਹੜੇ ਬੰਦੇ ਤੇ ਅਫੋਰਡ ਕਰਦੇ ਨੇ ਜਨਾਬ, ਉਹ ਜ਼ਰਦਾਰੀ ਸਾਹਿਬ ਜਾਂ ਦੂਸਰੇ ਵਜ਼ੀਰ ਆਜ਼ਮ ਸਾਹਿਬ ਜਾਂ ਕੋਈ ਨਾਮਵਰ ਬੰਦੇ ਨੇ, ਉਹਨਾਂ ਜਨਰੇਟਰ ਲਵਾਏ ਨੇ ਉਹਨਾਂ ਲੋਕਾਂ ਨੂੰ। ਅਸੀਂ ਜਨਾਬ UPS ਉੱਤੇ ਗੁਜ਼ਾਰਾ ਕਰਨੇ ਆ, ਅੱਲਾ ਦੇ ਬੰਦੇ, ਬੜੀ ਬੁਰੀ ਹਾਲਤ ਹੈ। ਦੇਖੋ ਬੱਚਿਆਂ ਨੂੰ ਤੁਹਾਡੇ ਸਾਹਮਣੇ ਦੁਕਾਨ ਤੇ ਬੁਲਾ ਲਿਆ ਜਨਾਬ, ਕੀ ਕਰੀਏ ਯਾਰ, ਪਰੇਸ਼ਾਨ, ਅੱਲਾ ਜਾਣਦਾ ਇਹਨਾਂ ਦੇ ਇੱਥੋਂ। ਲੋਡ ਸ਼ੈਡਿੰਗ ਨੇ ਲੋਕਾਂ ਨੂੰ ਬਹੁਤ ਜ਼ਿਆਦਾ ਤੰਗ ਕੀਤਾ ਹੋਇਆ ਹੈ। ਛੋਟੇ ਛੋਟੇ ਬੱਚੇ ਆਵਾਜ਼ਾਰ, ਕਾਰੋਬਾਰ ਹੈ ਨਹੀਂ, ਖਾਣ ਪੀਣ ਵਾਸਤੇ ਇੰਨਾ ਕੋਈ ਮਸਲਾ ਬਣਿਆ ਹੋਇਆ, ਲੋਕਾਂ ਕੰਮ ਕਿੱਥੋਂ ਕਰਨ ਅਤੇ ਕਮਾਉਣ ਕਿੱਥੋਂ? ਲਾਈਟ ਵਾਲਿਆਂ ਨੇ ਇੰਨਾ ਜ਼ਿਆਦਾ ਤੰਗ ਕੀਤਾ ਹੋਇਆ, ਅਤੇ ਜ਼ਰਦਾਰੀ ਨੂੰ ਤਾਂ ਜ਼ਰਾ ਸਹੀ ਤਰ੍ਹਾਂ ਪੁੱਛਣ ਨਾ, ਬਹੁਤ ਪਾਣੀ ਦੀ ਵੀ ਇੰਨੀ ਜ਼ਿਆਦਾ ਕਿੱਲਤ ਹੈ, ਬਹੁਤ ਹੀ ਜ਼ਿਆਦਾ, ਬਹੁਤ ਤੰਗ ਕੀਤਾ ਹੋਇਆ ਲੋਡ ਸ਼ੈਡਿੰਗ ਵਾਲਿਆਂ ਨੇ। ਅਤੇ ਲੋਡ ਸ਼ੈਡਿੰਗ 'ਤੇ ਬਹੁਤ ਜ਼ਿਆਦਾ ਅਜ਼ਾਬ ਹੈ ਸਾਡੇ ਵਾਸਤੇ, ਰਾਤ ਨੂੰ ਸਾਰੀ ਸਾਰੀ ਰਾਤ ਲਾਈਟ ਕੋਈ ਨਹੀਂ, ਬੱਚੇ ਬਿਲਕ ਰਹੇ ਨੇ। ਸੁਪਰੀਡੈਂਟ ਦੀ ਡਿਊਟੀ ਹੈ ਮੇਰੀ, ਗੌਰਮੈਂਟ ਜੋਬ ਕਰਨੀ ਆ, ਬੱਚਿਆਂ ਦੀ ਇੰਨੀ ਕੁਛ ਬੁਰੀ ਹਾਲਤ ਹੁੰਦੀ ਹੈ ਕਿ ਉਹਨਾਂ ਨੂੰ ਜੋ ਕੁਛ ਆਉਂਦਾ ਹੁੰਦਾ ਉਹ ਵੀ ਹੱਥ ਤੱਕ ਹੋ ਜਾਂਦਾ, ਭੁੱਲ ਜਾਂਦਾ, ਉਹਨਾਂ ਦੀ ਵਜ੍ਹਾ ਤੋਂ ਬੱਚਿਆਂ ਦੀ ਬਿਲਕੁਲ ਤਿਆਰੀ ਨਹੀਂ ਹੁੰਦੀ, ਇਹ ਇੰਤਹਾਈ ਉਹਨਾਂ ਨਾਲ ਜ਼ਿਆਦਤੀ ਹੈ ਕਿ ਉਹਨਾਂ ਨੇ ਐਜੂਕੇਸ਼ਨ ਦਾ ਕਰਨਾ ਅਤੇ ਕੀ। 14-14 ਘੰਟੇ ਦੀ ਲੋਡ ਸ਼ੈਡਿੰਗ ਹੁੰਦੀ ਹੈ, ਜਿਹਦੇ ਵਿੱਚ ਆ ਕੇ ਦੁਕਾਨਦਾਰ ਬੇਬਸ ਹੋ ਜਾਂਦਾ, ਦੁਕਾਨ ਦੇ ਵਿੱਚ ਬੈਠਣਾ ਇੰਨੇ ਹਬਸ ਵਿੱਚ ਔਰ ਇੰਨੀ ਗਰਮੀ 'ਚ ਨਾਮੁਮਕਿਨ ਹੋ ਗਿਆ। ਹਾਂਜੀ, ਲਾਈਟ ਬਹੁਤ ਆ ਜਾਂਦੀ ਹੈ, ਆਰਾਮ ਸੇ ਬੈਠ ਨਹੀਂ ਦੇਤੀ, ਕੰਮ ਨਹੀਂ ਹੋਤੇ ਪੂਰੇ,
अच्छा जी के सोया भी नहीं जाता है, बहुत तंग करती है लाइट, इसी वजह से हम बहुत तंग हैं। लोड शेडिंग की वजह तो बिजली कोई नहीं, पानी कोई नहीं, मग तीन दिन हो गए नहाता नहीं। इन्नी लाइट जाती है, इन्नी लाइट जा रही है कि 18-18 घंटे लाइट नहीं है। तो असं तो यही कहोंगे कि गौरमेंट उन्होंने पैसे दे तो सानू लाइट दे। असी वोट दिते ने, असी जलील होने वास्ते ते नहीं, पीपल पार्टी नू वोट दिते। इन्ना परेशान किया, कारोबार बंद हो तो किस तरह लोग कमा के खुआनगे, ये इन्होंने अपने आप सोचना चाहिए ना इस चीज़ का। 10 मिनट आउंदी है ते 3 घंटे जाती है, तो बच्चे इन्ना कु तंग करते ने, बड़ा रोंदे ने। ਜ਼ਰਦਾਰੀ ਤੇ ਉਹ ਮੁਸ਼ਰਫ ਤੋਂ ਬਹੁਤ ਅੱਗੇ ਲੰਘ ਗਿਆ ਹੈ। ਇਸ ਸ਼ਦੀਦ ਗਰਮੀ ਤੇ ਹਬਸ ਵਿੱਚ ਗੁਜਰਾਂਵਾਲਾ ਸ਼ਹਿਰ ਦੇ ਲੋਕ ਗੰਦਾ ਪਾਣੀ ਪੀਣ ਤੇ ਵੀ ਮਜਬੂਰ ਹੋ ਗਏ ਨੇ। ਲੋਡ ਸ਼ੈਡਿੰਗ ਦੇ ਬਾਇਸ ਪਾਣੀ ਦੀ ਫਰਾਮੀ ਸਭ ਤੋਂ ਵੱਡਾ ਮਸਲਾ ਬਣ ਗਈ ਹੈ। ਲੋਡ ਸ਼ੈਡਿੰਗ ਦੀ ਵਜ੍ਹਾ ਨਾਲ ਬੱਚੇ ਵੀ ਬਹੁਤ ਜ਼ਿਆਦਾ ਮੁਤਾਸਰ ਹੋ ਰਹੇ ਨੇ। ਸਾਫ਼ ਪਾਣੀ ਦੀ ਅਦਮ ਦਸਤਿਆਬੀ ਤੇ ਸ਼ਦੀਦ ਗਰਮੀ ਨਾਲ ਬੱਚੇ ਮੋਹਲਕ ਅਮਰਾਜ਼ ਦਾ